पंचायती चुनाव नूं लैके पंजाब हरियाणा हाई कोर्ट दे वल्लों एक वड्डा फैसला सुना दिता गया है। जिन्नियां भी पटीशनां पंजाब हरियाणा हाई कोर्ट दे विच पंचायती चुनाव नूं लैके पाईआं गईआं सी सारियां ही रद्द कर दित्तियां गईआं ने। इस तों पहलां जो पहलां सुनवाई होई सी उस दे विच लगभग 250 दे करीब पटीशनां दे उत्ते पंजाब हरियाणा हाई कोर्ट दे वल्लों रोक लगा दित्ती गई सी। उन्हां पटीशनां नूं भी पंजाब हरियाणा हाई कोर्ट ने रद्द कर दित्ता है। दस दईए कि महज़ एक दिन बाकी सी पंचायती चुनाव होण दे विच, अज्ज आखिरी सुनवाई जिहड़ी हाई कोर्ट दे वल्लों होणी सी, तां इन्हां 1000 तों वध पटीशन ਦਾ ਨਿਪਟਾਰਾ ਕਰਦੇ ਹੋਏ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਪੰਚਾਇਤੀ ਚੋਣਾਂ ਦੇ ਰਿਗਾਰਡਿੰਗ ਜਿੰਨੀਆਂ ਵੀ ਪਟੀਸ਼ਨਾਂ ਸੀ ਸਾਰੀਆਂ ਰੱਦ ਕਰ ਦਿੱਤੀਆਂ ਗਈਆਂ ਨੇ। ਉਸ ਦੇ ਨਾਲ ਹੀ ਜੇ ਅਸੀਂ ਗੱਲ ਕਰੀਏ ਤਾਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਵੱਖ ਵੱਖ ਮੁੱਦੇ ਚੁੱਕੇ ਗਏ ਸੀ। ਇੱਕ ਪਾਸੇ ਪੰਚਾਇਤੀ ਚੋਣਾਂ ਨੂੰ ਲੈ ਕੇ ਗੱਲ ਚੱਲ ਰਹੀ ਸੀ, ਇੱਕ ਪਾਸੇ ਰਿਜ਼ਰਵੇਸ਼ਨ ਦਾ ਮੁੱਦਾ ਸੀ, ਅਤੇ ਦੂਜੇ ਪਾਸੇ ਜਿਹੜੇ ਪੱਖ ਰੱਖੇ ਗਏ ਸੀ ਉਸ ਦੇ ਵਿੱਚ ਇੱਕ ਰਿਜ਼ਰਵੇਸ਼ਨ NOC ਨੂੰ ਲੈ ਕੇ ਮੁੱਦਾ ਚੁੱਕਿਆ ਗਿਆ ਸੀ। ਸਰਬਸੰਮਤੀ ਦੇ ਨਾਲ ਜੋ ਚੁਣੀਆਂ ਜਾ ਰਹੀਆਂ ਸੀ ਉਹਨਾਂ 'ਤੇ ਵੀ ਸਵਾਲ ਜਿਹੜੇ ਨੇ ਉਹ ਚੁੱਕੇ ਗਏ ਸੀ, ਜਿਸ ਦੇ ਕਰਕੇ ਲਗਭਗ 1000 ਦੇ ਕਰੀਬ ਜਿਹੜੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਪਟੀਸ਼ਨਾਂ ਪਾਈਆਂ ਗਈਆਂ ਸੀ, ਪਰ ਸਾਰੀਆਂ ਹੀ ਜਿਹੜੀਆਂ ਰੱਦ ਕਰ ਦਿੱਤੀਆਂ ਗਈਆਂ ਨੇ। ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਇੱਕ ਅਹਿਮ ਫੈਸਲਾ ਜਿਹੜਾ ਹੈ ਉਹ ਲੈ ਲਿਆ ਗਿਆ ਹੈ। ਲਗਭਗ 1000 ਤੋਂ ਉੱਪਰ 1200 ਦੇ ਕਰੀਬ ਇਹ ਪਟੀਸ਼ਨਾਂ ਸੀ। ਕੱਲ੍ਹ ਨੂੰ ਪੰਚਾਇਤੀ ਚੋਣਾਂ ਹੋਣੀਆਂ ਸੀ, ਉਸ ਤੋਂ ਪਹਿਲਾਂ ਇੱਕ ਵੱਡਾ ਫੈਸਲਾ ਜਿਹੜਾ ਹੈ ਉਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਲਿਆ ਗਿਆ ਹੈ। ਵੀਡੀਓ ਜਰਨਲਿਸਟ ਲਾਲਤਾ ਪ੍ਰਸਾਦ ਦੇ ਨਾਲ ਇੰਦਰ ਸਿੱਧੂ, ABP ਸਾਂਝਾ, ਚੰਡੀਗੜ੍ਹ।